किसान वीरो, जिमें कि पिछले दिन मौसम बहुत खराब होया, गड़ेमारी हुई आ, भारी मीह होया, जिदे कारण अपने किसान वीरां दियां पनीरियां खराब हो गईयां, महंगे बीजां दा नुकसान हो गया। PR 126 लाई सी, 1847 लाई सी, या होर कई सारे बासमतियां ते झोने दे जिहड़ियां पनीरियां लाईयां हुईयां सी, उहनां दा मौसम ने करता नुकसान। उहदे संबंध विच अज गल्लबात करन जा रहे हां। किसे वीर ने राहत दित्ती आ, उहदी गल्लबात करांगे अज। की हाल है वीरे? ਸਤਿ ਸ਼੍ਰੀ ਅਕਾਲ ਬਾਈ, ਸਾਰੇ ਕਿਸਾਨ ਭਰਾਵਾਂ ਨੂੰ ਜੀ, ਤੇ ਸੁਣ ਵੀ ਬਾਈ ਧਰਮਪ੍ਰੀਤ ਬਾਜਵਾ ਜੀ, ਤੇ ਵੀਡੀਓ ਨੂੰ ਤੇ ਸ਼ੇਅਰ ਕਰ ਦਿਓ ਜੀ, ਹੋਰ ਵੀ ਕਿਸਾਨਾਂ ਦਾ ਫਾਇਦਾ ਹੋ ਜੇ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਨੂੰ ਯਾਰ ਪੂਰੀ ਦੱਬ ਕੇ ਸ਼ੇਅਰ ਕਰ, ਜੀ। ਉਹ ਏਰੀਆ ਤੱਕ ਪਹੁੰਚਾ ਦਿਓ ਜਿੱਥੇ ਗੜਿਆਂ ਨਾਲ ਨੁਕਸਾਨ ਹੋਇਆ। ਤੁਹਾਨੂੰ ਇੱਕ ਆਫਰ ਦੇਣ ਜਾ ਰਹੇ ਹਾਂ ਅਸੀਂ। ਕਾਫੀ ਜਗ੍ਹਾ ਤੇ ਨੁਕਸਾਨ ਹੋਇਆ, ਸਾਨੂੰ ਨੁਕਸਾਨ ਹੋਇਆ, ਫੋਨ ਵੀ ਆਏ ਨੇ ਭਾਈ ਕੇ ਭਗਤੇ ਵੱਲ। ਭਗਤਾ ਭਾਈ ਦਾ ਬਹੁਤ ਨੁਕਸਾਨ ਹੋਇਆ, ਖਾਸ ਕਰਕੇ ਪਿੰਡ ਸਿਰੀਏ ਵਾਲੇ ਦੇ ਵਿੱਚ ਨਾ। ਹਾਂਜੀ, ਕੱਲ ਅਸੀਂ ਵੀਡੀਓ ਦੇਖੀਆਂ, ਉੱਥੇ ਬਹੁਤ ਜ਼ਿਆਦਾ ਮੱਕੀਆਂ ਦਾ ਨੁਕਸਾਨ ਹੋਇਆ। ਇੱਧਰ ਆਪਣੇ ਲਾਗੇ ਲਹਿਰੇ ਗਾਗੇ ਏਰੀਏ 'ਚ ਫੋਨ ਆਏ, ਉੱਥੇ ਵੀ ਬਹੁਤ ਨੁਕਸਾਨ ਹੋਇਆ। ਹੋ ਸਕਦਾ ਪੰਜਾਬ ਦੇ ਹੋਰ ਕਿਸੇ ਕੋਨੇ 'ਚ ਵੀ ਹੋਇਆ ਹੋਵੇ। ਕਾਫੀ ਜਿਹੜੇ ਸਾਰੇ ਜਗ੍ਹਾ 25 ਮਤੇ ਤਰੀਕ ਨੂੰ ਗੜੇ ਪਏ ਨੇ, ਉਹਨਾਂ ਦਾ 25 ਨੂੰ, 26 ਨੂੰ, ਸੌਰੀ ਆਪਣਾ 24, 23 ਨੂੰ, ਉਹਨਾਂ ਦਾ ਉਹਨਾਂ ਦਾ ਨੁਕਸਾਨ ਭਾਰੀ ਹੋਇਆ ਗਾ ਜੀ। ਤੇ ਇਹ ਕੀ ਗੱਲਬਾਤ ਹੈ? ਹੁਣ ਆਪਾਂ ਗੱਲ ਕਰ ਰਹੇ ਸੀ ਪਨੀਰੀਆਂ ਦੀ, ਪਨੀਰੀਆਂ ਦਾ ਨੁਕਸਾਨ ਹੋ ਗਿਆ ਜੀ। ਬਾਈ। ਜਿਵੇਂ ਪਨੀਰੀਆਂ ਦਾ ਨੁਕਸਾਨ ਹੋ ਗਿਆ, ਮੋਗੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਆ ਢੁੱਡੀ ਕੇ, ਹਾਂਜੀ, ਮਸ਼ਹੂਰ ਪਿੰਡ ਆ, ਲਾਲਾ ਲਾਜਪਤ ਰਾਏ ਦੇਸ਼ ਭਗਤ ਹੋਇਆ ਉਹਦਾ ਪਿੰਡ ਆ, ਜੀ, ਤਹਿਸੀਲ ਨਿਹਾਲ ਸਿੰਘ ਵਾਲਾ, ਹਾਂਜੀ, ਨੇੜੇ ਚਿੱਤਵਾਲ, ਚੇਤੇਵਾਲ, ਚੇਤੇਵਾਲੀ ਚਿੱਤਵਾਲ, ਚਿੱਤਵਾਲ, ਜਿਹੜਾ ਮੋਗੇ ਤੋਂ ਲੁਧਿਆਣੇ ਰੋਡ ਦੇ ਉੱਤੇ ਮਸ਼ਹੂਰ ਕਸਬਾ ਆਉਂਦਾ। ਹਾਂਜੀ, ਮੋਗੇ ਤੋਂ ਆਪਾਂ ਲੁਧਿਆਣੇ ਨੂੰ ਚੱਲਦੇ ਆ ਨਾ, ਫਿਰ ਚਿੱਤਵਾਲ ਮਸ਼ਹੂਰ ਕਸਬਾ ਆਉਂਦਾ, ਉੱਥੋਂ ਸੜਕ ਆਉਂਦੀ ਹੈਗੀ ਜੀ, ਮੋਗੇ ਤੋਂ ਬਰਨਾਲੇ ਨੂੰ ਆਉਂਦੀ ਹੈ ਜਿਹੜੀ, ਉੱਥੋਂ ਸੜਕ ਚੱਲ ਕੇ ਪਹਿਲਾ ਪਿੰਡ ਢੁੱਡੀ ਕੇ ਆਉਂਦਾ, ਦੋ ਪਿੰਡ ਹੋਰ ਉਹਨਾਂ ਨੇ, ਫਿਰ ਉਹ ਆ ਕੇ ਲਹਾਰੇ ਆਪਣਾ ਬੁੱਟਰਾਂ ਇਸੇ ਰੋਡ ਤੇ ਚੜ ਜਾਂਦੀ ਹੈ ਬਰਨਾਲੇ ਤੇ। ਇਹ ਲੋਕੇਸ਼ਨ ਆ ਪਿੰਡ ਦੀ। ਜੀ, ਉੱਥੇ ਹੈਗਾ ਬਾਈ ਜੀ ਗਿੱਲ ਸੀਡ ਫਾਰਮ ਜੀ, ਤੁਹਾਨੂੰ ਬਾਈ ਜੀ ਦਾ ਨੰਬਰ ਦੇਵਾਂਗੇ ਸਕਰੀਨ ਤੇ। ਹੁਣ ਆਪਾਂ ਸੀਡ ਫਾਰਮ ਦੀ ਇਹਦੀ ਕੋਈ ਉਹ ਨਹੀਂ ਕਰ ਰਹੇ, ਇਹਦੀ ਕੋਈ ਮਸ਼ਹੂਰੀ ਨਹੀਂ ਅਸੀਂ ਕਰ ਰਹੇ, ਬੀ ਮਤਲਬ ਖਰੀਦਣਾ ਜਾਂ ਨਾ ਖਰੀਦਣਾ ਤੁਹਾਡੀ ਮਰਜ਼ੀ ਆ, ਪਰ ਉਹ ਬੰਦੇ ਦੀ ਇੱਕ ਤਮੰਨਾ ਸੀ ਦਿਲੋਂ, ਕਹਿੰਦਾ ਵੀ ਜ਼ਿਮੀਂਦਾਰ ਭਰਾਵਾਂ ਦਾ ਨੁਕਸਾਨ ਹੋਇਆ, ਵੀ ਆਪਣੇ ਕੋਲੇ ਜਿਹੜਾ 26 ਦਾ ਸੀਡ ਰਹਿ ਗਿਆ ਇਕੱਲਾ, ਹੋਰ ਸਾਰੇ ਵਿਕ ਗਏ। PR 126 ਚ, PR 126 ਝੋਨਾ ਗਰੰਟੀ ਸ਼ੁਦਾ ਪੱਕੇ ਬਿੱਲ ਤੇ ਜੀ, ਉਹਦੇ ਕੋਲੇ ਵਧੀਆ ਸੀਡ ਫਾਰਮ ਆ, ਵਧੀਆ ਕਿਸਾਨ ਆ, ਉਹਦੇ ਕੋਲੇ ਉਹ ਰਹੇਗਾ ਤੇ ਬੱਕਾ ਬਿੱਲ ਕੱਟ ਕੇ ਦੇਊਗਾ। ਤੇ ਹੁਣ ਉਹਦੇ ਉਹਨੇ ਕੀ ਛੋਟ ਦਿੱਤੀ ਆ? ਉਹਨੇ ਛੋਟ ਦਿੱਤੀ ਆ ਬਾਈ, ਆਪਾਂ ਇਹਦਾ ਫਾਇਦਾ ਉਠਾਈਏ, ਕਿੰਨਾ ਕੁ ਰੇਟ ਰੂਟ ਕੀ ਹਿਸਾਬ ਦਾ ਬਾਈ ਜੀ? ਜਿਵੇਂ ਆਪਾਂ ਹੁਣ ਬਾਈ ਜੀ ਨੇ ਤਾਂ ਸਾਨੂੰ ਕਹਿਤਾ ਵੀ ਆਫਰ ਕਰ ਦਿਓ ਜੀ, ਆਫਰ ਆਪਾਂ ਦੱਸਣ ਲੱਗੇ ਆ, ਪਰ ਆਪਣਾ ਹੱਕ ਬਣਦਾ ਆਪਦੇ ਚੈਨਲ ਦੇ ਰਾਹੀਂ ਆਪਾਂ ਬਾਜ਼ਾਰ ਮਾਰਕੀਟ 'ਚ ਕੀ ਰੇਟ ਨੇ ਉਹ ਵੀ ਦੱਸਣਾ, ਸੀਡ ਫਾਰਮਾਂ ਦੇ ਕੀ ਰੇਟ ਨੇ ਜੀ, ਲਗਭਗ ਜਿੰਨਾ ਕੁ ਸਾਨੂੰ ਪਤਾ ਲੱਗਿਆਗਾ। ਅਸੀਂ ਕਈ ਬਈ 1800 ਰੁਪਏ ਦਾ 30 ਕਿਲੋ ਦਾ ਥੈਲਾ ਦੇ ਰਹੇ ਜੀ ਮਾਰਕੀਟ ਦੇ ਵਿੱਚ ਵੀ, ਤੇ ਸੀਡ ਫਾਰਮ, ਹਾਂ ਸੀਡ ਫਾਰਮ, ਸੀਡ ਫਾਰਮ ਜਿਹੜਾ ਹੈਗਾ ਮਾਰਕੀਟ ਦੇ ਵਿੱਚ ਦੁਕਾਨਾਂ ਦਾ ਰੇਟ ਉਹ ਤਾਂ ਬਈ ਉਹ ਹੈਗਾ 70 ਤੋਂ 100 ਰੁਪਏ ਤੱਕ, ਉਹ ਤਾਂ 2000 ਪਾਰ ਜਾਊ ਥੈਲਾ, ਠੀਕ ਹੈ ਨਾ? 2000 ਨਹੀਂ ਬਾਈ, 70 ਰੁਪਏ ਕਿਲੋ ਤੋਂ ਲੈ ਕੇ, ਅੱਛਾ, ਉਹਨਾਂ ਨੇ ਤਾਂ ਕਿਸੇ ਨੂੰ 5 ਕਿਲੋ ਜੋਖਣੀ, ਕਿਸੇ ਨੇ 3 ਕਿਲੋ ਜੋਖਣੀ, ਕਿਸੇ ਨੂੰ 10 ਕਿਲੋ ਜੋਖਣੀ, ਕਿਸੇ ਨੂੰ ਗੱਟਾ ਦੇ, ਉਹਨਾਂ ਦਾ ਰੇਟ ਤਾਂ ਲਗਭਗ ਵੀ ਪਿਛਲੇ ਸਾਲ ਵੀ 100 ਰੁਪਏ ਤੱਕ ਵੇਚੀ ਸੀ ਜੀ PR 126, ਕਿਉਂਕਿ ਡਿਮਾਂਡ ਦੇ ਵਿੱਚ, ਡਿਮਾਂਡ ਦੇ ਵਿੱਚ ਕੀ ਹੈ ਨਾ, ਮੱਕੀ ਵਾਲੇ ਬਾਣਾਂ ਦੀ ਪੌਦਾ ਜੇ ਅਗਲੇ 15 ਦਿਨਾਂ ਨੂੰ ਵਿਕਣੀ ਹੈ, ਵਿਕਣੀ ਹੈ, ਤੇ ਉਹ ਫਾਰਮ ਨੇ ਅਸੀਂ ਪੂਰਾ ਘੋ ਕਰਕੇ ਪੰਜਾਬ ਦੇ ਵਿੱਚ ਕਿਤੇ ਵੀ ਰੇਟ, ਜਿਹੜਾ ਰੇਟ ਆ ਕਿਤੇ ਵੀ ਘੱਟ ਨਹੀਂ ਹੈਗਾ, ਘੱਟ ਨਹੀਂ ਹੈਗਾ, 1800 ਤਾਂ ਹੈਗੀ, 1800 ਰੁਪਇਆ ਰੇਟ 30 ਕਿਲੋ ਦਾ ਹੈਗਾ ਹੀ ਆ ਸਾਰਿਆਂ ਦਾ, ਸਾਰਿਆਂ ਦਾ ਤਕਰੀਬਨ, ਅਸੀਂ ਪਤਾ ਕੀਤਾ, ਪਤਾ ਕਰਕੇ ਫਿਰ ਹੀ ਆਫਰ, ਬਾਈ ਨੇ ਆਫਰ ਦਿੱਤੀ ਆ ਵੀ 30 ਕਿਲੋ ਦਾ ਗੱਟਾ ਜੀ 1000 ਰੁਪਏ ਦਾ ਅਸੀਂ ਦੇ ਦੇਵਾਂਗੇ, ਦੇ ਦੇਵਾਂਗੇ, 1800 ਵਾਲਾ ਗੱਟਾ ਤੁਹਾਨੂੰ 1000 ਦਾ ਮਿਲ ਜੂ, ਤੁਹਾਨੂੰ ਲਗਭਗ 40-45% ਡਿਸਕਾਊਂਟ ਮਿਲ ਜੂਗਾ। ਹਾਂ, ਹੈਗੇ ਇਹ ਸਿਰਫ ਉਹਨਾਂ ਪਿੰਡਾਂ ਵਾਸਤੇ ਆ, ਦੋ ਦੋ ਚਾਰ ਚਾਰ ਕਿਸਾਨ ਇਕੱਠੇ ਹੋ ਕੇ ਜਾਇਓ ਜਿੱਥੇ ਵਾਕਈ ਗੜਿਆਂ ਨਾਲ ਨੁਕਸਾਨ ਹੋਇਆ ਹੈ, ਹੋਇਆ ਹੈਗਾ। ਤੇ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰਕੇ ਉਹਨਾਂ ਕਿਸਾਨਾਂ ਤੱਕ ਜ਼ਰੂਰ ਪਹੁੰਚਾਓ ਮੇਰਾ ਵੀਰ, ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ। ਉਹ ਕਿਸਾਨ ਵੀਰ ਨੇ ਬਹੁਤ ਵਧੀਆ ਸੋਚਿਆ, ਉਹ ਕਹਿੰਦਾ ਯਾਰ ਆਪਾਂ ਮਦਦ ਕਰਨੀ ਆ ਜੀ, ਵੀ ਆਪਾਂ ਨੇ ਆਪਾਂ ਖਰਚਾ ਵਰਚਾ ਹੀ ਲੈਣਾ ਇਹਦਾ, ਹਾਂ, ਕਿਉਂਕਿ ਕਿਉਂ ਮਾਲ ਗਿੱਲਾ ਹੁੰਦਾ ਸੁੱਕ ਕੇ ਬਹੁਤ ਘੱਟ ਜਾਂਦਾ, ਬੀਜ ਵਾਸਤੇ ਸੁੱਕਾ ਘੱਟ, ਜੇ ਮੰਨ ਲਓ ਝੋਨੇ ਦਾ ਰੇਟ 2200 ਰੁਪਏ ਦੀ, ਉਦਾਹਰਨ ਦੇ ਤੌਰ ਤੇ ਤੁਸੀਂ 40 ਕਿਲੋ ਆਪਦੇ ਖੇਤ ਚੋਂ ਰੱਖ ਲਿਓ, ਜਿੱਦੇ ਕਪੈਨ ਵੱਢਦੀ ਹੈਗੀ ਜੀ, ਉਹਨੂੰ ਸੁੱਕਣਾ ਪਾ ਦਿਓ ਖੇਤ ਆਪਦੇ ਘਰੇ, ਉਹਨੂੰ 6ਵੇਂ 7ਵੇਂ ਦਿਨ ਜੋਖਿਓ ਤੁਸੀਂ, ਉਹਦਾ ਵੇਟ ਕੱਟ, ਉਹਦਾ ਵੇਟ 6 ਪਸੇਰੀਆਂ, 8 ਪਸੇਰੀਆਂ ਦਾ 6 ਪਸੇਰੀਆਂ ਵੇਟ ਰਹਿ ਜੂਗਾ, ਗਰੰਟਡ ਆਪਾਂ ਆਪਦੀ
ਪ੍ਰੈਕਟੀਕਲੀ ਕਰਿਆ ਇੰਨਾ ਵੇਟ ਘਟ ਜਾਂਦਾ ਤਾਂ ਘਟ ਜਾਂਦਾ ਬਿਲਕੁਲ ਜੀ ਤੇ ਪ੍ਰੋਫਿਟ ਦਾ ਉਹ ਹਰ ਵਾਰੀ ਕਮਾਉਂਦੇ ਨੇ ਇਸ ਵਾਰ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਇਸ ਲਈ ਵੀਡੀਓ ਨੂੰ ਉਹਨਾਂ ਕਿਸਾਨਾਂ ਤੱਕ ਜ਼ਰੂਰ ਪਹੁੰਚਾਇਓ ਜਿਨ੍ਹਾਂ ਦਾ ਨੁਕਸਾਨ ਹੋ ਸਕਿਆ ਸੋ ਬਹੁਤ ਬਹੁਤ ਧੰਨਵਾਦ ਜੀ ਇੰਨੀਆਂ ਬੇਨਤੀਆਂ ਲੋਕੇਸ਼ਨ ਤੁਹਾਨੂੰ ਇਹਦੇ ਵਿੱਚ ਦੱਸਤੀ ਬਾਈ ਜੀ ਨੰਬਰ ਉੱਤੇ ਦੇ ਦਾਂਗੇ ਦੋਨੇ ਸਕਰੀਨ ਤੇ ਦੇ ਦਾਂਗੇ ਸਕਰੀਨ ਤੇ ਦੋਨੇ ਨੰਬਰ ਦੇ ਦਾਂਗੇ ਜੀ ਗਿੱਲ ਸੀਡ ਫਾਰਮ ਢੁੱਡੀ ਜੀ ਤੇ ਬਾਈ ਜੀ ਨਾਲ ਰਾਬਤਾ ਕਾਇਮ ਕਰ ਲਿਓ ਜੀ ਥੈਂਕ ਯੂ ਤੇ ਜਿੱਥੇ ਨੁਕਸਾਨ ਹੋਇਆ ਜ਼ਿਮੀਦਾਰਾਂ ਦਾ ਇਹ ਆਪਣੀ ਗਰੰਟੀ ਆ ਪਰ ਜਿਨ੍ਹਾਂ ਦੇ ਹੱਥ ਬਹੁਤ ਲੰਬੇ ਨੇ ਜਿਹਦਾ ਨੁਕਸਾਨ ਹੋਇਆ ਵਾਕਈ ਪੌਦਾਂ ਦਾ ਗੜਿਆਂ ਨਾਲ ਉਹ ਜ਼ਰੂਰ ਬਾਈ ਨਾਲ ਰਾਬਤਾ ਉਹ ਜ਼ਰੂਰ ਵਿਜ਼ਿਟ ਕਰੋ ਤੇ ਉਹਨਾਂ ਕਿਸਾਨਾਂ ਤੱਕ ਵੀਡੀਓ ਨੂੰ ਪਹੁੰਚਾਓ ਧੰਨਵਾਦ ਧੰਨਵਾਦ।